ਸੀ ਜੀ, ਉਹਨੂੰ ਪਤਾ ਮਾਰਕੀਟ ਹੈਗੀ ਹੈ ਜੀ, ਗਾਹਕ ਹੈਗਾ, ਵਿਕ ਜਾਂਦਾ ਟਰੈਕਟਰ ਵਧੀਆ। ਹੋਰ ਜੀ ਬਾਈ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਸਵਾਗਤ ਹੈ ਜੀ ਨਵੇਂ ਵਲੌਗ 'ਚ। ਅਤੇ ਬਾਈ, ਜਿਹੜਾ ਆਪਣੇ ਕੋਲ ਟਰੈਕਟਰ ਆਇਆ ਸੀ ਇੱਕ ਮੈਸੀ 241 2014 ਮਾਡਲ, ਅਤੇ ਵੀਡੀਓ ਤਾਂ ਇਹਦੀ ਪਈ ਨਹੀਂ ਸੀ। ਸਭ ਤੋਂ ਪਹਿਲਾਂ ਮਿਲੋ ਬਾਈ ਨੂੰ। ਬਾਈ ਕਿਆ ਹਾਲ ਹੈ ਜੀ? ਠੀਕ ਹੈ ਬਾਈ, ਮੈਂ ਤਾਂ ਟਾਈਮ ਸਾਡਾ ਜਾਣਦਾ ਹੋਇਆ ਵਾ। ਐਡਮ ਨੂੰ ਅਸੀਂ ਘਰਾਂ ਪਹੁੰਚਣਾ ਅਤੇ ਟਰੈਕਟਰ ਬਾਈ ਆਪਣੇ ਕੋਲ ਜੇ ਆਇਆ ਤਾਂ ਇਹ ਅੱਜੇ ਵਿਕ ਗਿਆ ਜੇ। ਅਸੀਂ ਸੋਚਦੇ ਮੈਂ ਅੱਜ ਉਹ ਸਲਾਹ ਕਰਦੇ ਵੀ ਇਹਦੀ ਵੀਡੀਓ ਪਾਈਏ ਬਣਾ ਕੇ, ਹੈ ਨਾ, ਪਰ ਵੀਡੀਓ ਜਾਣ ਦਾ ਹੀ ਮੌਕਾ ਮਿਲਿਆ। ਹਾਂ, ਕਣੀ ਕਿ ਕੱਲ੍ਹ ਬਾਈ ਘਰਾਂ ਸੀ ਟਰੈਕਟਰ, ਬਾਈ ਨੇ ਪਹਿਲਾਂ ਘਰ ਵੀ ਦੇਖ ਗਏ ਸੀ ਅਤੇ ਅੱਜ ਦੁਬਾਰਾ ਆ ਕੇ ਬਾਈ ਇਹਨਾਂ ਨੇ ਟਰੈਕਟਰ ਪਸੰਦ ਕਰ ਲਿਆ, ਸੌਦਾ ਹੋ ਗਿਆ। ਚਲੋ ਟਰੈਕਟਰ ਦਾ ਜੀ, ਠੀਕ ਹੈ, ਟਰੈਕਟਰ ਚੱਲਿਆ ਆਪਣੇ, ਵੈਸੇ ਆਪਣੇ ਜੋਤ ਜ਼ਿਲ੍ਹੇ 'ਚ ਚੱਲਿਆ, ਆਪਾਂ ਚੱਲਿਆ ਦੂਰ ਆ ਨੰਗਲ ਏਰੀ ਚੱਲਿਆ ਟਰੈਕਟਰ, ਠੀਕ ਹੈ। ਟਾਇਰ ਬਾਈ ਟਰੈਕਟਰ ਦੇ ਜਮ੍ਹਾਂ ਹੀ ਚਾਰੇ, ਬਿਲਕੁਲ ਜਮ੍ਹਾਂ ਹੀ ਨਵੇਂ, ਹਾਂ ਸਮਝ ਲਓ ਚਾਰੇ ਟਾਇਰ ਨਵੇਂ ਆ, ਠੀਕ ਆ। ਬਾਕੀ ਬਾਈ ਇਹਦਾ ਜੋ ਤਾਂ ਥੋੜ੍ਹੀ ਸਲਫ ਦੀ ਦਿੱਕਤ ਸੀ, ਸਲਫ ਦਾ ਕੰਮ ਕਰਾਇਆ ਜੀ, ਹਾਂ ਉੱਥੇ ਦੇਖਿਆ ਬਾਈ ਨੇ ਟਰੈਕਟਰ। ਅਤੇ ਬਾਕੀ ਟਰੈਕਟਰ ਬਾਈ ਓਕੇ ਆ ਪੂਰਾ, ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ, ਪੂਰਾ ਸਾਫ਼ ਹੈ ਟਰੈਕਟਰ। ਅਤੇ ਹੈਲੋ ਬਾਈ, ਹਾਰ ਲਾਤਾ ਟਰੈਕਟਰ ਨੂੰ, ਅਤੇ ਹੋਰ ਮਾਂ ਬਾਈ ਠੀਕ ਠਾਕ ਜੀ? ਹਾਂ ਠੀਕ ਆ ਬਾਈ। ਕਹੀਦਾ ਆਪਾਂ ਨੂੰ ਦੇਖ ਕੇ ਸੋਨਾ ਦੀ ਕਾਲੇ ਹੱਦ ਹੈ ਵੀ ਪੁਰਾਣੇ ਨੂੰ ਵੀ ਹਾਰ ਲਾਈ ਜਾਂਦੇ ਇਹ, ਹੁਣ ਕਿਆ ਕਹੀ ਇਹਨਾਂ ਨੂੰ? ਤੁਸੀਂ ਆਪਣਾ ਟਰੈਕਟਰ, ਵੈਸੇ ਤਾਂ ਇਹਦੀ ਆਪਾਂ ਵੀਡੀਓ ਤਾਂ ਪਾਈ ਨਹੀਂ ਸੀ, ਤੁਸੀਂ ਉਹ ਦੂ ਜਿਹੜਾ ਆਪਾਂ ਨੇ ਪਹਿਲਾਂ ਪਾਇਆ ਤਾਂ ਉਹਦੀ ਵੀਡੀਓ ਦੇਖੀ ਸੀ, ਹੈ ਨਾ ਜੀ? ਹਾਂਜੀ, ਠੀਕ ਹੈ ਜੀ। ਕਿੱਦਾਂ ਟਰੈਕਟਰ, ਠੀਕ ਲੱਗਿਆ ਜੀ? ਠੀਕ ਹੈ, ਠੀਕ ਹੈ ਜੀ। ਬਾਕੀ ਚਲੋ ਤੁਹਾਨੂੰ ਚਲਾਏ ਦੇ ਪਤਾ ਲੱਗੂਗਾ, ਠੀਕ ਹੈ ਜੀ। ਬਾਕੀ ਆਪਣਾ ਕਿੱਥੋਂ ਆਈ, ਕਿਹੜਾ ਪਿੰਡ ਆਪਣਾ ਜੀ? ਮੈਂ ਨੰਗਲ ਰਾਏਪੁਰ ਤੋਂ। ਠੀਕ ਹੈ ਜੀ ਅੰਕਲ ਜੀ, ਵੈਸੇ ਬਾਹਰ ਰਹਿੰਦੇ ਹਾਂ ਡਬਈ, ਹੈ ਨਾ ਜੀ? ਹਾਂਜੀ ਹਾਂਜੀ। ਅਤੇ ਬਸ ਬਾਈ ਨਾ ਵੀ ਥੋੜ੍ਹੀ ਬਹੁਤੀ ਖੇਤੀ ਉਹਦੇ ਵਾਸਤੇ ਲਿਆ ਜੀ, ਉਹਦੇ ਵਾਸਤੇ। ਠੀਕ ਹੈ, ਠੀਕ ਹੈ ਜੀ। ਚਲੋ ਠੀਕ ਹੈ ਜੀ, ਮੁਬਾਰਕਾਂ ਬਹੁਤ ਬਹੁਤ, ਠੀਕ ਹੈ ਜੀ, ਓਕੇ ਜੀ, ਲਿਆਓ ਜੀ। ਹੋਰ ਬਾਕੀ ਬਾਈ, ਆਪਣੇ ਕੋਲ ਦੋ ਟਰੈਕਟਰ ਆਏ ਸੀ ਮੈਸੀ ਬਾਈ, ਦੋਨੇ ਜਾਣੀ ਕਿ ਆਪਣੇ ਟਰੈਕਟਰ ਆਉਂਦੇ ਸਾਰੇ, ਦੋਨੇ ਟਰੈਕਟਰ ਸੇਲ ਹੋ ਗਏ ਤੇ ਜੀ। ਅਤੇ ਬਾਕੀ ਜੇ ਹੋਰ ਕੋਈ ਆਇਆ ਆਪਣੇ ਕੋਲ ਮੈਸੀ ਤਾਂ ਆਪਾਂ ਤੁਹਾਨੂੰ ਬਣਾ ਕੇ ਵੀਡੀਓ ਅਪਲੋਡ ਕਰਾਂਗੇ ਬਾਈ ਚੈਨਲ 'ਤੇ। ਅਤੇ ਅਸੀਂ ਬਾਈ ਮੈਸੀ ਦੀ ਤੁਹਾਨੂੰ ਪਤਾ ਮਾਰਕੀਟ ਹੈਗੀ ਹੈ ਜੀ, ਗਾਹਕ ਹੈਗਾ, ਵਿਕ ਜਾਂਦਾ ਟਰੈਕਟਰ ਵਧੀਆ। ਠੀਕ ਹੈ ਵੀਰੇ, ਓਕੇ ਜੀ। ਬਾਈ ਮਿੱਤਰੋ, ਚੱਲਦੇ ਹਾਂ ਸੱਬੇ ਬਾਈ ਨੂੰ ਮਿਲਦੇ ਹਾਂ ਬਾਈ ਆਪਾਂ, ਅਤੇ ਸੱਬੇ ਬਾਈ ਨੇ ਰੋਟਾਵੇਟਰ ਖੋਲਿਆ ਵਾ ਕੱਲ੍ਹ ਦਾ ਜੀ। ਸੱਬੇ ਵੀਰੇ ਕਿਆ ਹਾਲ ਹੈ? ਠੀਕ ਹੈ ਵੀਰ, ਆਪਣਾ ਕਿਸਾਨ ਵੀਰਾਂ ਨੂੰ ਬਾਈ ਅੱਤ ਜੋੜ ਕੇ ਸਤਿ ਸ਼੍ਰੀ ਅਕਾਲ ਸਾਰੇ। ਖੜਾ ਹੋ ਜਾ ਯਾਰ, ਕੋਈ ਨਹੀਂ ਹੁਣ, ਹਾਂ ਹੁਣ ਅੱਜ ਗੱਡੀ ਬਾਈ ਪੂਰੀ ਚੜੇ ਵੇ ਸਾਰੇ, ਹਾਂ ਤੇ ਬਾਈ ਆਪਣੇ ਕੋਲ ਆਇਆ ਅੱਜ, ਫੇਰ ਦਿਨ 'ਚ ਕੈਮ ਹੋ ਗਿਆ ਤੂੰ ਦਿਨ 'ਚ? ਫੇਰ ਨਹੀਂ ਨਹੀਂ, ਹਾਂ ਦਿਨ 'ਚ ਕੈਮ ਨਹੀਂ, ਮੈਂ ਨਿੰਦਾ ਬਾਈ ਰਾਤ ਦਾ, ਹਾਂ ਮੈਂ ਗਿਆ ਤਾਂ ਥਿਓਗ। ਅੱਛਾ, ਹਿਮਾਚਲ ਮਾ, ਠੀਕ ਆ, ਉੱਥੇ ਕੰਮ ਸੋਇਆ ਨਹੀਂ, ਠੀਕ ਆ। ਹੁਣ ਤੂੰ ਵੀ ਮੇਰਾ ਯਾਰ ਦੋਸਤ ਖਾਸ ਆ ਯਾਰ, ਯਾਰੀਆਂ ਨਾਲ
ਕਮਾਉਣੀਆਂ ਇੱਕ ਨਹੀਂ ਪੈਣੀਆਂ ਯਾਰੀਆਂ ਨਾਲ ਕਿ ਨਹੀਂ ਦਿਨ ਚ ਨਾ ਪੀਏ ਗੱਲ ਮੇਰਾ ਵੀਰ ਤੈਨੂੰ ਬਹੁਤ ਵਾਰ ਗਿਆ ਪਿੱਤੇ ਨਹੀਂ ਵੀਰ ਦਿਖਦਾ ਯਾਰ ਪਤਾ ਲੱਗਦਾ ਨਿੰਦਾ ਮੈਂ ਵੀਰ ਨਿੰਦਾ ਮੈਂ ਮਰਜ਼ੀ ਹੈ ਤੇਰੀ ਰੋਟਾ ਬੇਟਾ ਕਰਤਾ ਓਕੇ ਹੈ ਨਾ ਹੈ ਨਾ ਬਾਈ ਆ ਦੇਖ ਇੱਧਰ ਦੇਖ ਬੈਰੰਗ ਨਵਾਂ ਪਾਤਾ ਬਾਈ ਸਾਰਾ ਪਾਤਾ ਨਟ ਨਵੇਂ ਪਾਤੇ ਇੱਧਰਲਾ ਫਲੈਂਚ ਨਵਾਂ ਲਾਤਾ ਬਾਈ ਸਾਰੇ ਜੀ ਐਕਸਲ ਨਵਾਂ ਪਾਤਾ ਇਹਦਾ ਸੱਬੇ ਸਾਰੇ ਫਲੈਂਚ ਨਵਾਂ ਲਾਇਆ ਹੈ ਨਾ ਨਵਾਂ ਲਾਇਆ ਬਾਈ ਠੀਕ ਆ ਬਾਈ ਇਹ ਇਹ ਮਹਿੰਦਰਾ ਦਾ ਮਾਸ਼ੂ ਦਾ ਮਹਿੰਦਰਾ ਦਾ ਮਾਸ਼ੀ ਉਹ ਜਿਹੜਾ ਆਉਂਦਾ ਹੈ ਉਹ ਰੋਟਾਵੇਟਰ ਹੈ ਵਧੀਆ ਐਨ ਓਕੇ ਵਧੀਆ ਚੱਲ ਅਪਡੇਟ ਦੇਖ ਲਓ ਵੀਰ ਅੱਧੇ ਵੀ ਨਹੀਂ ਘਸੇ ਅਪਡੇਟ ਹੈਗੇ 70 ਪੈਸੇ ਅੱਧੇ ਵੀ ਨਹੀਂ ਘਸੇ ਵੀਰ 70 ਪੈਸੇ ਬਲੇਡ ਆ ਹਾਂ ਤੇ ਇੱਧਰ ਵੀ ਅਸੀਂ 70 75 ਪੈਸੇ ਬਲੇਡ ਆ ਬਾਈ ਸਾਰੀ ਤਸੱਲੀ ਕਰਤੀ ਇੱਧਰ ਵੀ ਨਾ ਬਾਈ ਸਾਰੀਆਂ ਕਰਾਰੀਆਂ ਗੁਰੀਆਂ ਕੋਕੇ ਕਰਤਾ ਬਾਈ ਬਾਈ ਨੇ ਪੂਰੀ ਹੱਥ ਫੇਰੀ ਕਰੀ ਸੱਬੇ ਸੇਲ ਆ ਇਹ ਹਾਂ ਸੇਲ ਆ ਬਾਈ ਠੀਕ ਆ ਬਾਈ ਇਹ ਬਲੇਡ ਬਾਈ ਹਾਂ ਦੇ ਕਿੰਨੇ ਪਏ ਬਲੇਡ ਹੈਗੇ ਆ ਬਾਈ ਬਾਈ ਕੰਮ ਕਰਿਆ ਮੇਰੇ ਹਿਸਾਬ ਨਾਲ 3,350 ਰੁਪਈਆ ਅੱਜ ਲੱਗ ਗਿਆ ਬਾਕੀ ਹਜੇ ਬਾਈ ਨੇ ਕੱਲ੍ਹ ਦਾ ਲੱਗਿਆ ਵਾ ਦੋ ਦਿਹਾੜੀਆਂ ਇਹਦੀਆਂ ਲੱਗ ਗਈਆਂ ਠੀਕ ਹੈ ਜੀ 45,000 ਰੁਪਈਆ ਕਹਿੰਦੇ ਬਾਈ ਨੇ 45,000 ਕਹਿੰਦੇ ਬਾਕੀ ਨਹੀਂ ਬਾਕੀ ਕਰ ਲਾਂਗੇ ਬਾਈ ਅੱਛਾ ਮੈਂ ਗਰੰਟੀ ਦਿੰਦਾ ਵੀ ਜੇ ਨਾ ਪਸੰਦ ਆਇਆ ਕੌਣ ਪਸੰਦ ਨੂੰ ਕੌਣ ਬਹੁ ਕਾਲੀ ਹੁੰਦੀ ਹੈ ਹਾਂ ਕਈ ਵਾਰੀ ਹਾਂ ਪਸੰਦ ਨਹੀਂ ਹੁੰਦੀ ਹਾਂ ਹੁੰਦੀ ਵਿਚਾਰੀ ਸੌਗੀ ਠੀਕ ਹੈ ਸਭੇ ਬਾਈ ਜਿਹੜੀ ਬਾਈ ਨੇ ਤੇ ਰੋਟਾਵੇਟਰ ਦੇ ਸਕੀਮ ਆਈ ਉਹ ਵੀ ਦੱਸਦੀ ਹੈ ਮਾੜਾ ਜਿਹਾ ਹੋ ਖੜਾ ਆ ਜਾ ਦੱਸਦੇ ਜਿਹੜੀ ਮੇਲੇ ਤੇ ਸਕੀਮ ਹੈ ਹੁਣ ਬਾਈ ਉਹ ਜਿਹੜਾ ਮੇਲੇ ਤੇ ਜਾਊਗਾ ਕੋਈ ਤਾਂ ਹੀ ਹੈ ਨਾ ਮੇਲੇ ਤੇ ਜਾਵੇ ਜੇ ਇਹ ਨਾ ਜਾਵੇ ਸਕੀਮ ਹੈ 3 ਦਿਨ ਵਾਸਤੇ ਜਿਹਦੇ ਵੀ ਬਾਈ ਨਹੀਂ ਨਹੀਂ ਬਲੇਡ ਨਹੀਂ ਮਿਲਣੇ ਬਾਈ ਗਲਤ ਇਨਫੋਰਮੇਸ਼ਨ ਦੇ ਰਿਹਾ ਬਾਈ ਸ਼ਕਤੀਮਾਨ ਦੇ ਬਾਈ 3 ਦਿਨ ਤੁਹਾਨੂੰ ਪਤਾ ਮੇਲਾ ਲੁਧਿਆਣੇ ਯੂਨੀਵਰਸਿਟੀ ਵੱਲੋਂ ਠੀਕ ਹੈ ਜੀ ਜਿਹਨੇ ਵੀ ਬਾਈ ਮੇਲੇ 'ਤੇ ਕੋਈ ਰੋਟਾਵੇਟਰ ਲੈਂਦਾ ਨਵਾਂ ਠੀਕ ਹੈ ਜੀ ਉਹਦੇ ਵਾਸਤੇ ਸਕੀਮ ਆਏ ਆ ਵੀ ਇੱਕ ਜਿਹੜੀ ਇਲੈਕਟ੍ਰੋਨਿਕ ਆਟਾ ਚੱਕੀ ਆਉਂਦੀ ਹੈ ਛੋਟੀ 15,000-16,000 ਰੁਪਈਆ ਕੀਮਤ ਆ ਉਹਦੀ ਉਹ ਤੁਹਾਨੂੰ ਰੋਟਾਵੇਟਰ ਨਾਲ ਫ੍ਰੀ ਹੈ ਠੀਕ ਹੈ ਇਹ ਸਕੀਮ ਸਿਰਫ 3 ਦਿਨ ਵਾਸਤੇ ਰਹਿਣੀ ਹੈ ਜੀ 13, 14, 15 ਦਾ ਮੇਲਾ ਹੈ ਮੈਨੂੰ ਤਰੀਕ ਪੱਕੀ ਨਹੀਂ ਪਤਾ ਬਾਈ ਅੱਗੇ ਪਿੱਛੇ ਹੋ ਸਕਦੀ ਹੈ 14 ਦਾ ਸ਼ਾਇਦ ਬਾਈ ਇਹਨਾਂ ਨੇ ਪਰਸੋਂ ਨੂੰ ਜਾਣਾ 3 ਦਿਨ ਮੇਲਾ ਚੱਲਣਾ ਉਹਦੇ ਵਿੱਚ ਸਕੀਮ ਹੈ ਬਈ 'ਚ ਆਟਾ ਚੱਕੀ ਨਾਲ ਫ੍ਰੀ ਮਿਲਣੀ ਹੈ 15,000-16,000 ਦੀ ਕੀਮਤ ਆ ਉਹਦੀ ਅਤੇ ਇਲੈਕਟ੍ਰੋਨਿਕ ਬਿਜਲੀ ਨਾਲ ਚੱਲਦੀ ਆ ਉਹਦੀ ਆਪਾਂ ਸ਼ਾਇਦ ਤੁਹਾਨੂੰ ਜੇ ਬਾਈ ਨੇ ਕੋਈ ਆ ਗਈ ਵੀਡੀਓ ਪਾ ਉਹ ਇਹ ਸਿਰਫ ਮੇਲੇ 'ਤੇ ਹੀ ਦੇਣੀ ਆ ਬਾਈ ਇਹਨਾਂ ਨੇ ਰੋਟਾਵੇਟਰ ਤੁਸੀਂ ਬਾਈ ਨੇ ਕੋਲ ਬੁੱਕ ਕਰਵਾ ਸਕਦੇ ਹਾਂ ਕਿਸੇ ਨੇ ਵੀ ਰੋਟਾਵੇਟਰ ਲੈਣ ਦਾ ਕਿਸੇ ਦਾ ਮਨ ਹੈਗਾ ਬਾਈ ਬਣਿਆ ਹੋਇਆ ਤਾਂ ਹੁਣ ਲੈ ਸਕਦਾ ਹੈ ਕਿਉਂਕਿ ਤੁਹਾਨੂੰ ਨਾਲ ਸਕੀਮ ਮਿਲ ਜਾਣੀ ਫਿਰ ਉਹਦੇ ਬਾਅਦ 'ਚ ਬਾਈ ਨਹੀਂ ਮਿਲਣੀ ਹੈਗੀ ਸਿਰਫ 3 ਦਿਨ ਵਾਸਤੇ ਹੀ ਔਫਰ ਇਹ ਜਿਹਨੇ ਵੀ ਲੈਣੀ ਹੋਈ ਕੰਟੈਕਟ ਕਰ ਲਿਓ ਠੀਕ ਹੈ ਜੀ 7 ਫੋਟਾ ਲੈ ਲਓ 8 ਫੋਟਾ ਲੈ ਲਓ 6 ਫੋਟਾ ਲੈ ਲਓ ਸਾਰਿਆਂ 'ਤੇ ਹੀ ਹੈ ਨੰਬਰ ਬਾਈ ਇਹਨਾਂ ਦਾ ਮੈਂ ਥੱਲੇ ਮੈਨਸ਼ਨ ਕਰੂੰਗਾ ਜਾਂ ਮੇਰੇ ਨੰਬਰ 'ਤੇ ਵੀ ਗੱਲਬਾਤ ਕਰ ਸਕਦਾ ਜੀ ਠੀਕ ਹੈ ਜੀ ਆਹ ਵੀ ਰੋਟਾਵੇਟਰ ਸੇਲ ਹੈ ਸੈਕਿੰਡ ਹੈਂਡ 45,000 ਰੁਪਏ ਰੇਟ ਆ ਬਾਈ ਠੀਕ ਹੈ ਰੋਟਾਵੇਟਰ ਵਧੀਆ ਚੱਲਦਾ ਓਕੇ ਮਹਿੰਦਰਾ ਮਾਸ਼ੀਓ ਦਾ ਕੰਮ ਕਾਰ ਓਕੇ ਕਰਤਾ ਰੇਟ ਵਧੀਆ ਹੈ ਨਾ ਠੀਕ ਹੈ ਜੀ ਜਾਇਜ਼ ਰੇਟ ਹੈ 45,000 ਬਾਕੀ ਮਾੜਾ ਮੋਟਾ ਮਾਨਦਾਨ ਕਰ ਦਾਂਗੇ ਬਾਈ ਸਾਰਾ ਕੰਮ ਓਕੇ ਕਰਿਆ ਕੱਲ੍ਹ ਦਾ ਹੀ ਲੱਗਿਆ ਹੋਇਆ ਬਾਈ ਕੱਲ੍ਹ ਦਾ ਹੀ ਲੱਗਿਆ ਹੋਇਆ ਬਾਈ ਬਲੇਡ ਬਲੂਡ ਸਾਰੇ ਨਵੇਂ ਹਾਂ ਸੋਰੀ ਬਲੇਡ ਨਹੀਂ ਇੱਧਰ ਵਾਲੇ ਸਾਈਡ ਬਾਈ ਬੈਰਿੰਗ ਇੱਧਰਲਾ ਵੀ ਬੈਰਿੰਗ ਨਵਾਂ ਪਿਆ ਅਤੇ ਤੇਲ ਤੂਲ ਸਾਰਾ ਕੁਝ ਨਵਾਂ ਪਾਇਆ ਠੀਕ ਹੈ ਜੀ ਜਿਹਨੇ ਵੀ ਲੈਣਾ ਹੋਇਆ ਕੋਈ ਮੇਰਾ ਵੀਰ ਚਾਹ ਬਣ ਸੱਜਣ ਹੋਇਆ ਆ ਕੇ ਦੇਖ ਲਿਓ ਅਤੇ ਜਿਹੜੀ ਆਹ ਸਕੀਮ ਹੈ ਬਾਈ ਇਹਦੇ ਬਾਰੇ ਵੀ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਈ ਮੇਰੇ ਨੰਬਰ 'ਤੇ ਕਾਲ ਕਰ ਲਿਓ ਉਹਤੇ ਪੂਰੀ ਜਾਣਕਾਰੀ ਲੈ ਲਿਓ ਅਤੇ ਇਹ ਸਿਰਫ ਦੱਸਦੀ ਹੈ ਵੀ ਬਹੁਤ ਬਾਈ ਵੀਰਾਂ ਦੇ ਬਾਅਦ 'ਚ ਫੋਨ ਆਈ ਜਾਣੇ ਆ ਅਤੇ ਇਹ ਸਿਰਫ ਬਾਈ ਸਿਰਫ ਮੇਲੇ ਮੇਲੇ ਦੀ ਸਕੀਮ ਹੈ ਜਿਹਨੇ ਜਾਣਾ ਉੱਥੇ ਲੁਧਿਆਣਾ ਸਭ ਨੂੰ ਪਤਾ ਹੀ ਆ ਬਾਈ ਮੇਲਾ ਹੁੰਦਾ ਏ 6 ਮਹੀਨੇ ਬਾਅਦ 2 ਵਾਰ ਸਾਲ 'ਚ ਨੂੰ ਮੇਲਾ ਲੱਗਦਾ ਉੱਥੇ
ਉੱਥੇ ਜਾ ਕੇ ਵੀ ਦੇਖ ਸਕਦਾ ਬਾਈ, ਉੱਥੇ ਜਾ ਕੇ ਵੀ ਪੂਰੀ ਸਕੀਮ ਸਮਝ ਸਕਦਾ। ਅਤੇ ਆਪਣੇ ਲੋਕਲ ਡੀਲਰ ਕੋਲੋਂ ਤੁਸੀਂ ਇਕੱਲਾ ਰੋਪੜ ਤੋਂ ਨਹੀਂ, ਤੁਹਾਡੇ ਨੇੜੇ ਤੇੜੇ ਕੋਈ ਵੀ ਡੀਲਰ ਆ ਸ਼ਕਤੀਮਾਨ ਦਾ, ਤੁਸੀਂ ਕਿਤੋਂ ਵੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ। ਠੀਕ ਹੈ ਜੀ, ਇਹ ਸਕੀਮ ਮਤਲਬ ਕਿ ਕੰਪਨੀ ਵੱਲੋਂ ਹੀ ਆ ਬਾਈ। ਬਾਕੀ ਬਾਈ ਇੱਧਰ ਟਰੈਕਟਰ ਖੜ੍ਹੇ ਨੇ ਨਵੇਂ, ਸਵਰਾਜ ਵਾਲੇ ਕਈ ਵੀ ਇੱਧਰ ਟਰੈਕਟਰ ਲਾ ਦਿੰਦੇ ਬਾਈ ਆਪਣੇ ਨਾਲ, ਆਹ ਨਵਾਂ ਖੜ੍ਹਾ 15 ਸਪੀਡਾਂ ਵਾਲਾ। ਇਹ ਜਿਵੇਂ ਬਾਈ ਕਈ ਟਰੈਕਟਰ ਬੁੱਕ ਪੱਕ ਹੋਏ ਵੇ ਹੁੰਦੇ ਆ, ਉਹ ਫਿਰ ਇੱਧਰ ਖੜ੍ਹੇ ਕਰ ਦਿੰਦੇ ਨੇ ਕਈ ਵਾਰ ਇਹ। ਠੀਕ ਹੈ ਜੀ, ਇਹ ਬਾਈ 14 ਦੇ ਟਾਇਰਾਂ ਵਾਲਾ, 14 ਦੇ ਟਾਇਰਾਂ ਵਾਲਾ 3 ਸਪੀਡ 15 ਸਪੀਡਾਂ ਵਾਲਾ। ਇਹ ਬਾਈ ਸਾਈਡ ਗੇਅਰ 'ਚ ਆਉਂਦਾ, ਆਪਾਂ ਹਰੇਕ ਵੀਡੀਓ ਵਿੱਚ ਦੱਸਦੇ ਹਾਂ। ਇੱਕ ਬਾਈ ਇਹਨਾਂ ਕੋਲ ਹੋਰ ਖੜ੍ਹਾ 855 4 ਸਟਾਰ ਵਾਲਾ, ਅਤੇ ਬਾਕੀ ਆਪਣੇ ਕੋਲ ਵੀ 855 ਆਇਆ ਬਾਈ 12 ਮਾਡਲ, ਤੁਹਾਨੂੰ ਦਿਖਾਉਂਗੇ ਅਲੱਗ ਤੋਂ ਵੀਡੀਓ ਬਣਾ ਕੇ ਪਾਵਾਂਗੇ ਬਾਈ ਟਰੈਕਟਰ ਦੀ, ਕਿਹੜਾ ਟਰੈਕਟਰ ਆਇਆ। ਸਭੇ ਹੁਣ ਬਾਈ ਕਿਆ ਕੰਮ ਰਹਿ ਗਿਆ ਇਹਦਾ, ਬਾਈ ਕੀ ਕੰਮ ਰਹਿ ਗਿਆ ਇਹਦਾ ਹੁਣ? ਹਾਂ ਬਸ ਠੀਕ ਆ ਜੀ, ਓਕੇ ਆ ਬਾਈ, ਕੰਮ ਐਨ ਪੂਰਾ। ਜਿਹਨੇ ਕੋਈ ਕਿਸੇ ਨੇ ਘੱਟ ਪੈਸੇ ਲਾਉਣੇ ਹੋਏ ਰੋਟਾਵੇਟਰ 'ਤੇ ਆ ਕੇ ਦੇਖ ਲਿਓ, ਰੋਟਾਵੇਟਰ ਵਧੀਆ। ਠੀਕ ਹੈ ਜੀ, ਬਾਕੀ ਥੋੜ੍ਹਾ ਮਾੜਾ ਮੋਟਾ ਮਾਣ ਤਾਣ ਕਰ ਦਾਂਗੇ ਮੌਕੇ 'ਤੇ। ਅਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਬਾਈ, ਹੁਣ ਆਇਆ ਹੋਇਆ, ਹੁਣ ਦੇਖ ਲਿਓ ਫਿਰ ਇਹ ਜਿਹੜਾ ਰੋਟਾਵੇਟਰ ਘੱਟੇ ਆਉਂਦਾ ਆਪਣੇ ਕੋਲ। ਠੀਕ ਹੈ ਜੀ, ਅਤੇ ਬਾਅਦ ਵਿੱਚ ਫਿਰ ਬਥੇਰੇ ਬਾਈ ਫੋਨ ਕਰੀ ਜਾਂਦੇ ਆ, ਹੁਣ ਦੇਖ ਲਿਓ ਜਿਹਨੇ ਵੀ ਲੈਣਾ ਹੋਇਆ ਮੇਰਾ ਵੀਰ। ਅਤੇ ਬਾਕੀ ਠੀਕ ਹੈ ਜੀ, ਵੀਡੀਓ ਕਰਦੇ ਖਤਮ। ਜੇ ਹੋਰ ਕਿਸੇ ਮੇਰੇ ਵੀਰ ਨੇ ਕੋਲ ਟਰੈਕਟਰ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਬਾਈ, ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਜੀ, ਰੇਟ ਦੱਸ ਦਿਆ ਕਰੋ ਵੀ ਇੰਨਾ ਰੇਟ ਆ ਜੀ। ਠੀਕ ਹੈ ਜੀ, ਆਪਾਂ ਤੁਹਾਡਾ ਟਰੈਕਟਰ ਵੀ ਲੈ ਲਿਆ ਕਰਾਂਗੇ ਵਧੀਆ ਰੇਟ 'ਤੇ, ਅਤੇ ਟਰੈਕਟਰ ਵਧੀਆ ਹੋਵੇ, ਕਾਗਜ਼ ਪੱਤਰਾਂ ਦਾ ਓਕੇ ਹੋਵੇ, ਇੰਜਣ ਗੇਅਰ ਦਾ ਵਧੀਆ ਹੋਵੇ। ਠੀਕ ਹੈ ਜੀ, ਬਾਕੀ ਠੀਕ ਹੈ ਜੀ, ਅੱਜ ਦੇ ਬਲੌਗ 'ਚ ਇੰਨਾ ਹੀ ਜੀ। ਵੀਡੀਓ ਵਧੀਆ ਲੱਗਦੀ ਆ ਤਾਂ ਬਾਈ ਲਾਈਕ ਕਰਿਆ ਕਰੋ, ਅਤੇ ਆਪਣੇ ਯੂਟਿਊਬ ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਸਬਸਕ੍ਰਾਈਬ। ਅਤੇ ਜਿੰਨੇ ਵੀ ਬਾਈ ਮੇਰੇ ਵੀਰ ਨਵੇਂ ਜੁੜਦੇ ਆ ਚੈਨਲ 'ਤੇ, ਸਭ ਨੂੰ ਬੇਨਤੀ ਕਿ ਬੈੱਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ, ਤਾਂ ਕਿ ਜਿੰਨੀਆਂ ਵੀ ਆਪਣੀ ਵੀਡੀਓ ਪੈਂਦੀਆਂ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਜੀ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।